ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਮਿਸ਼ਨ 100% ਦੀ ஆன்ਲਾਈਨ ਤਿਆਰੀ ਦੇ ਵਿੱਚ ਅੱਜ ਅਸੀਂ ਕਰਾਂਗੇ ਜਮਾਤ ਦੂਜੀ ਵਿਸ਼ਾ ਗਣਿਤ ਦੇ ਅਧਿਆਇ 6 ਨਾਲ ਸੰਬੰਧਿਤ ਪੰਨਾ ਨੰਬਰ 124 ਦੀ ਦੁਹਰਾਈ ਆਓ ਕਰੀਏ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਅਸੀਂ ਨਮੂਨਾ 1 ਦਾ ਅਧਿਐਨ ਕਰਾਂਗੇ ਅਤੇ ਸਮਝਾਂਗੇ ਉਸ ਦੇ ਵਿੱਚ ਬੱਚੇ ਕਿਸ ਤਰ੍ਹਾਂ ਖੜੇ ਹਨ ਜਦੋਂ ਮੁੰਨੇ 1 ਦੇ ਵਿੱਚ ਸਾਡੇ ਕੋਲ ਕੁੱਲ 6 ਬੱਚੇ ਹਨ ਸਭ ਤੋਂ ਪਹਿਲਾ ਬੱਚਾ ਕੌਣ ਹੈ ਬਿਲਕੁਲ ਸਹੀ ਸਭ ਤੋਂ ਪਹਿਲੇ ਨੰਬਰ ਤੇ ਇੱਕ ਮੁੰਡਾ ਖੜਾ ਹੈ ਦੂਸਰੇ ਨੰਬਰ ਤੇ ਕੁੜੀ ਹੈ ਤੀਸਰੇ ਨੰਬਰ ਤੇ ਕੌਣ ਹੈ ਫੇਰ ਮੁੰਡਾ ਚੌਥੇ ਨੰਬਰ ਤੇ ਕੁੜੀ ਪੰਜਵੇਂ ਨੰਬਰ ਤੇ ਮੁੰਡਾ 6ਵੇਂ ਨੰਬਰ ਤੇ ਕੁੜੀ ਇਸ ਤਰ੍ਹਾਂ ਇਹ ਨਮੂਨਾ ਲਗਾਤਾਰ ਅੱਗੇ ਚੱਲਦਾ ਰਹੇਗਾ ਤੁਸੀਂ ਇਸ ਦੇ ਵਿੱਚ ਖਿਆਲ ਰੱਖਣਾ ਹੈ ਕਿ ਜਿਵੇਂ ਪਹਿਲਾਂ ਦਿਖਾਇਆ ਗਿਆ ਹੈ ਉਸੇ ਤਰ੍ਹਾਂ ਇਹ ਪੈਟਰਨ ਅੱਗੇ ਤੱਕ ਚੱਲੇਗਾ ਜਿਵੇਂ ਮੁੰਡਾ ਕੁੜੀ ਮੁੰਡਾ ਕੁੜੀ ਮੁੰਡਾ ਕੁੜੀ ਤੇ ਅੱਗੋਂ ਵੀ ਕੀ ਆਵੇਗਾ ਮੁੰਡਾ ਕੁੜੀ ਮੁੰਡਾ ਕੁੜੀ ਤਾਂ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਸਵਾਲ ਤੁਹਾਨੂੰ ਮਿਸ਼ਨ 7% ਦੇ ਵਿੱਚ ਪੁੱਛੇ ਜਾ ਸਕਦੇ ਹਨ ਜਿਸ ਦੇ ਵਿੱਚ ਤੁਸੀਂ ਨਮੂਨੇ ਨੂੰ ਪੂਰਾ ਕਰਨਾ ਹੁੰਦਾ ਹੈ ਤਾਂ ਫਿਰ ਉਹਨਾਂ ਨੂੰ ਦੇ ਇਸ ਕਿ ਪੜਸ ਕਿ ਅਗੋਂ ਜਵਾਬ ਦੇਣਾ ਹੁੰਦਾ ਹੈ 7ਵੇਂ ਨੰਬਰ ਤੇ ਕੀ ਆਵੇਗਾ ਬਿਲਕੁਲ ਸਹੀ 7ਵੇਂ ਨੰਬਰ ਤੇ ਆਵੇਗਾ ਮੁੰਡਾ ਤਾਂ ਇਸ ਦਾ ਜਵਾਬ ਵੀ ਤੁਸੀਂ ਸਹੀ ਕਰ ਲਿਆ ਹੈ ਨਮੂਨਾ 2 ਨਮੂਨਾ 2 ਸਾਨੂੰ ਕੀ ਆਖ ਰਿਹਾ ਹੈ ਆਓ ਦੇਖੀਏ ਨਮੂਨੇ 2 ਦੇ ਵਿੱਚ ਵੀ ਉਸੇ ਤਰ੍ਹਾਂ ਨਮੂਨੇ 1 ਦੀ ਤਰ੍ਹਾਂ ਕੁੱਲ 6 ਬੱਚੇ ਹਨ 6 ਬੱਚੇ ਕੁਝ ਇਸ ਤਰੀਕੇ ਨਾਲ ਖੜੇ ਹਨ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਦੋ ਕੁੜੀਆਂ ਫਿਰ ਇੱਕ ਮੁੰਡਾ ਹੈ ਇਸੇ ਤਰ੍ਹਾਂ ਮੁੰਡੇ ਤੋਂ ਬਾਅਦ ਫਿਰ ਦੋ ਕੁੜੀਆਂ ਇੱਕ ਮੁੰਡਾ ਹੈ ਤਾਂ ਹੋ ਗਏ ਪੂਰੇ 6 ਬੱਚੇ ਤਾਂ ਅੱਗੋਂ ਤੁਸੀਂ ਸੋਚ ਕੇ ਦੱਸੋ ਕੀ ਆਵੇਗਾ ਬਿਲਕੁਲ ਸਹੀ ਮੁੰਡੇ ਤੋਂ ਬਾਅਦ ਫਿਰ ਦੋ ਕੁੜੀਆਂ ਦੀ ਵਾਰੀ ਹੈ ਤਾਂ ਇਸੇ ਤਰ੍ਹਾਂ ਸਾਰੇ ਬੱਚਿਆਂ ਨੇ ਇਸ ਨਮੂਨੇ ਦੇ ਅਨੁਸਾਰ ਖੜੇ ਹੋ ਜਾਣਾ ਹੈ ਤੇ ਸਾਡਾ ਸਵਾਲ ਹੱਲ ਹੋ ਜਾਵੇਗਾ ਤੀਸਰੇ ਨਮੂਨੇ ਦੇ ਵਿੱਚ ਸਾਡੇ ਕੋਲ ਕੁੱਲ 8 ਬੱਚੇ ਹਨ ਉਹ ਕੁਝ ਇਸ ਤਰ੍ਹਾਂ ਖੜੇ ਹਨ ਸਭ ਤੋਂ ਪਹਿਲਾਂ ਸਾਡੇ ਕੋਲ 2 ਮੁੰਡੇ ਖੜੇ ਹਨ ਫਿਰ ਇੱਕ ਕੁੜੀ ਹੈ ਇਸੇ ਤਰ੍ਹਾਂ ਕੁੜੀ ਤੋਂ ਬਾਅਦ ਫਿਰ 2 ਮੁੰਡੇ ਖੜੇ ਹਨ ਫਿਰ ਇੱਕ ਕੁੜੀ ਖੜੀ ਹੈ ਇਸੇ ਤਰ੍ਹਾਂ ਫਿਰ 2 ਮੁੰਡੇ 1 ਕੁੜੀ ਇਸੇ ਤਰ੍ਹਾਂ ਇਹ ਨਮੂਨਾ ਲਗਾਤਾਰ ਅੱਗੇ ਵਧਦਾ ਜਾਵੇਗਾ ਤੇ ਅਸੀਂ ਪੁੱਛੇ ਗਏ ਸਵਾਲਾਂ ਦਾ ਪਹਿਲਾਂ ਦਿੱਤੇ ਗਏ ਨਮੂਨੇ ਨੂੰ ਚੰਗੀ ਤਰ੍ਹਾਂ ਅਧਿਐਨ ਕਰਕੇ ਜਵਾਬ ਦੇਣਾ ਹੁੰਦਾ ਹੈ ਪਿਆਰੇ ਬੱਚਿਓ ਇਸ ਤੋਂ ਬਾਅਦ ਅਸੀਂ ਕੁਝ ਮਿਸ਼ਨ 70% ਦੇ ਵਿੱਚ ਪੁੱਛੇ ਜਾਣ ਵਾਲੇ ਸਵਾਲਾਂ ਨੂੰ ਵੀ ਹੱਲ ਕਰਾਂਗੇ ਆਓ ਕੁਝ ਸਵਾਲਾਂ ਨੂੰ ਹੱਲ ਕਰੀਏ ਸਾਡਾ ਪਹਿਲਾ ਸਵਾਲ ਹੈ ਹੇਠਾਂ ਦਿੱਤੇ ਨਮੂਨੇ ਨੂੰ ਪੂਰਾ ਕਰੋ ਸਾਨੂੰ ਕੁਝ ਬੱਚੇ ਦਿਖਾਏ ਗਏ ਹਨ ਅਸੀਂ ਉਹਨਾਂ ਨੂੰ ਦੇਖਣਾ ਹੈ ਅਤੇ ਪੁੱਛੇ ਗਏ ਸਵਾਲ ਦਾ ਜਵਾਬ ਦੇਣਾ ਹੈ ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਕੁੜੀ ਹੈ ਫਿਰ ਮੁੰਡਾ ਹੈ ਫਿਰ ਕੁੜੀ ਹੈ ਉਸ ਤੋਂ ਬਾਅਦ ਕੌਣ ਹੋਵੇਗਾ ਇਹ ਪੁੱਛਿਆ ਗਿਆ ਹੈ ਫਿਰ ਕੁੜੀ ਹੈ ਫਿਰ ਮੁੰਡਾ ਫਿਰ ਕੁੜੀ ਫਿਰ ਮੁੰਡਾ ਪਿਆਰੇ ਬੱਚਿਓ ਇਸ ਨਮੂਨੇ ਨੂੰ ਧਿਆਨ ਨਾਲ ਦੇਖਣ ਤੇ ਸਾਨੂੰ ਇਹ ਹੀ ਗੱਲ ਪਤਾ ਲੱਗੀ ਹੈ ਕਿ ਕੁੜੀ ਤੋਂ ਬਾਅਦ ਇੱਕ ਮੁੰਡਾ ਹੀ ਆਵੇਗਾ ਤਾਂ ਅਸੀਂ ਹੇਠਾਂ ਦਿੱਤੇ ਚਾਰਾਂ ਵਿਕਲਪਾਂ ਦੇ ਵਿੱਚੋਂ ਸਹੀ ਵਿਕਲਪ ਚੁਣਨਾ ਹੈ ਅਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ ਪਹਿਲਾ ਵਿਕਲਪ ਊੜਾ ਹੈ ਕੁੜੀ ਐੜਾ ਮੁੰਡਾ ਈੜੀ ਮੁੰਡਾ ਕੁੜੀ ਤੇ ਸਸਾ ਹੈ ਕੁੜੀ ਕੁੜੀ ਤਾਂ ਅਸੀਂ ਐੜਾ ਵਿਕਲਪ ਮੁੰਡੇ ਨੂੰ ਚੁਣਾਂਗੇ ਅਤੇ ਠੀਕ ਦਾ ਨਿਸ਼ਾਨ ਲਗਾਵਾਂਗੇ ਸਾਡਾ ਅਗਲਾ ਸਵਾਲ ਹੈ ਹੇਠਾਂ ਦਿੱਤੇ ਨਮੂਨੇ ਨੂੰ ਪੂਰਾ ਕਰੋ ਪਿਆਰੇ ਬੱਚਿਓ ਨਮੂਨੇ ਦੇ ਵਿੱਚ ਕੁਝ ਬੱਚੇ ਹਨ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਮੁੰਡਾ ਖੜਾ ਹੈ ਫਿਰ ਦੋ ਕੁੜੀਆਂ ਹਨ ਫਿਰ ਮੁੰਡਾ ਹੈ ਫਿਰ ਦੋ ਕੁੜੀਆਂ ਹਨ ਅਤੇ ਫਿਰ ਮੁੰਡਾ ਹੈ ਤੇ ਉਸ ਤੋਂ ਬਾਅਦ ਪੁੱਛਿਆ ਗਿਆ ਹੈ ਕਿ ਕੌਣ ਆਵੇਗਾ ਹੇਠਾਂ ਚਾਰ ਵਿਕਲਪ ਦਿੱਤੇ ਹੋਏ ਹਨ ਊੜਾ ਵਿਕਲਪ ਹੈ ਕੁੜੀ ਐੜਾ ਮੁੰਡਾ ਈੜੀ ਮੁੰਡਾ ਕੁੜੀ ਸਸਾ ਕੁੜੀ ਕੁੜੀ ਤਾਂ ਪਿਆਰੇ ਬੱਚਿਓ ਅਸੀਂ ਉਪਰੋਕਤ ਨਮੂਨੇ ਨੂੰ ਜਦੋਂ ਧਿਆਨ ਨਾਲ ਦੇਖਦੇ ਹਾਂ ਜਾਂਚਦੇ ਹਾਂ ਤਾਂ ਅਸੀਂ ਕੀ ਲੱਭਦੇ ਹਾਂ ਅਸੀਂ ਲੱਭਦੇ ਹਾਂ ਕਿ ਮੁੰਡੇ ਤੋਂ ਬਾਅਦ ਦੋ ਕੁੜੀਆਂ ਖੜੀਆਂ ਹਨ ਫਿਰ ਮੁੰਡਾ ਹੈ ਫਿਰ ਦੋ ਕੁੜੀਆਂ ਹਨ ਤਾਂ ਹੁਣ ਵੀ ਇਸ ਮੁੰਡੇ ਤੋਂ ਬਾਅਦ ਦੋ ਕੁੜੀਆਂ ਹੀ ਆਉਣਗੀਆਂ ਤੇ ਸਾਡੇ ਕੋਲ ਵਿਕਲਪਾਂ ਦੇ ਵਿੱਚ ਦੋ ਕੁੜੀਆਂ ਕਿਹੜੇ ਵਿਕਲਪ ਵਿੱਚ ਹਨ ਬਿਲਕੁਲ ਸਹੀ ਉਹ ਤਾਂ ਸਾਡਾ ਸਾ ਵਿਕਲਪ ਹੈ ਤਾਂ ਇਸ ਦਾ ਜਵਾਬ ਹੋਵੇਗਾ ਸਾ ਵਿਕਲਪ ਅਸੀਂ ਉਸ ਨੂੰ ਚੁਣਨਾ ਹੈ ਅਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ ਸਾਡਾ ਅਗਲਾ ਸਵਾਲ ਹੈ ਹੇਠ ਦਿਖਾਇਆ ਨਮੂਨਾ ਅੱਗੇ ਵਧਾਓ ਤੇ ਅਖੀਰ ਦੇ ਵਿੱਚ ਪੁੱਛਿਆ ਗਿਆ ਹੈ ਕਿ ਉੱਥੇ ਕੀ ਆਵੇਗਾ ਤਾਂ ਪਿਆਰੇ ਬੱਚਿਓ ਆਓ ਨਮੂਨੇ ਦਾ ਅਧਿਐਨ ਕਰੀਏ ਨਮੂਨੇ ਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਇੱਕ ਖਾਨਾ ਹੈ ਉਸ ਖਾਨੇ ਦੇ ਵਿੱਚ ਕੁੜੀ ਅਤੇ ਮੁੰਡਾ ਹਨ ਉਸ ਤੋਂ ਬਾਅਦ ਅਗਲਾ ਖਾਨਾ ਹੈ ਜਿਸ ਦੇ ਵਿੱਚ ਦੋ ਕੁੜੀਆਂ ਦੋ ਮੁੰਡੇ ਹਨ ਫਿਰ ਇੱਕ ਛੋਟਾ ਖਾਨਾ ਹੈ ਜਿਸ ਦੇ ਵਿੱਚ ਕੁੜੀ ਮੁੰਡਾ ਹੈ ਫਿਰ ਵੱਡਾ ਖਾਨਾ ਹੈ ਦੋ ਕੁੜੀਆਂ ਦੋ ਮੁੰਡਿਆਂ ਵਾਲਾ ਤਾਂ ਅੱਗੋਂ ਕੀ ਆਵੇਗਾ ਸਭ ਤੋਂ ਪਹਿਲਾਂ ਛੋਟਾ ਖਾਨਾ ਸੀ ਫਿਰ ਵੱਡਾ ਖਾਨਾ ਫਿਰ ਛੋਟਾ ਫਿਰ ਵੱਡਾ ਤੇ ਹੁਣ ਕੀ ਆਵੇਗਾ ਛੋਟਾ ਖਾਨਾ ਬਿਲਕੁਲ ਸਹੀ ਇਸ ਛੋਟੇ ਖਾਨੇ ਦੇ ਵਿੱਚ ਕੌਣ ਕੌਣ ਹੈ ਨਮੂਨੇ ਅਨੁਸਾਰ ਇਸ ਦੇ ਵਿੱਚ ਇੱਕ ਕੁੜੀ ਅਤੇ ਮੁੰਡਾ ਹੈ ਤਾਂ ਅਸੀਂ ਇੱਥਾਂ ਦੇ ਤਿੰਨ ਨਮੂਨਿਆਂ ਦੇ ਵਿੱਚੋਂ ਦੇਖਣਾ ਹੈ ਕਿ ਕੁੜੀ ਅਤੇ ਮੁੰਡੇ ਵਾਲਾ ਨਮੂਨਾ ਕਿਹੜਾ ਹੈ ਅਸੀਂ ਉਸ ਨੂੰ ਚੁਣਨਾ ਹੈ ਅਤੇ ਠੀਕ ਦਾ ਨਿਸ਼ਾਨ ਲਗਾਉਣਾ ਹੈ ਤਾਂ ਪਿਆਰੇ ਬੱਚਿਓ ਸਾਡਾ ਪਹਿਲਾ ਵਿਕਲਪ ਹੈ ਊੜਾ ਕੁੜੀ ਆੜਾ ਮੁੰਡਾ ਈੜੀ ਕੁੜੀ ਮੁੰਡਾ ਸਸਾ ਕੁੜੀ ਕੁੜੀ ਤਾਂ ਕਿਹੜੇ ਵਿਕਲਪ ਵਿੱਚ ਕੁੜੀ ਤੇ ਮੁੰਡਾ ਆਏ ਬਿਲਕੁਲ ਸਹੀ ਉਹ ਸੀ ਸਾਡਾ ਈੜੀ ਵਿਕਲਪ ਅਸੀਂ ਉਸ ਨੂੰ ਚੁਣਨਾ ਹੈ ਅਤੇ ਠੀਕ ਦਾ ਨਿਸ਼ਾਨ ਲਗਾ ਲੈਣਾ ਹੈ ਪਿਆਰੇ ਵਿਦਿਆਰਥੀਓ ਉਮੀਦ ਹੈ ਅੱਜ ਦਾ ਕਰਵਾਇਆ ਗਿਆ ਕੰਮ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੈ ਅਤੇ ਹੁਣ ਤੁਸੀਂ ਇਸ ਦਾ ਅਭਿਆਸ ਘਰ ਵਿੱਚ ਹੀ ਕਰੋਗੇ ਅਤੇ ਆਉਣ ਵਾਲੀ ਹਰੇਕ ਹਫਤਾਵਾਰੀ ਪ੍ਰੀਖਿਆ ਦੇ ਵਿੱਚ ਵਧੀਆ ਅੰਕ ਹਾਸਲ ਕਰੋਗੇ ਧੰਨਵਾਦ